देखो असी जे चम लाउणा जाणदे आ तां जुत्ती सीणी भी जाणदे आ ते जुत्ती असी मारनी भी जाणदे आ। जे सानू कोई जुत्ती दिखाऊंगा तां साडे कोल भी फिर जुत्तियां दे जोड़े बहुत पए आ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਦਲਿਤ ਸਮਾਜ ਪ੍ਰਤੀ ਗਲਤ ਟਿੱਪਣੀ ਕੀਤੀ ਗਈ ਹੈ ਉਸ ਨੂੰ ਲੈ ਕੇ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਫਿਲੌਰ ਦੇ ਬਾਜ਼ਾਰ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੰਦ ਰਹੇ। ਗੁਰੂ ਰਵਿਦਾਸ ਪ੍ਰਬੰਧਕ ਕਮੇਟੀਆਂ ਵੱਲੋਂ ਫਿਲੌਰ ਦੇ ਅੰਬੇਡਕਰ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਸੁਨੀਲ ਜਾਖੜ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਮੂਹ ਆਗੂਆਂ ਨੇ ਸੁਨੀਲ ਜਾਖੜ ਦਾ ਪੁਤਲਾ ਵੀ ਫੂਕਿਆ, ਜਦਕਿ ਆਗੂਆਂ ਨੇ DSP ਫਿਲੌਰ ਨੂੰ ਇੱਕ ਮੰਗ ਪੱਤਰ ਵੀ ਭੇਂਟ ਕੀਤਾ। ਆਗੂਆਂ ਨੇ ਕਿਹਾ ਕਿ ਸੁਨੀਲ ਜਾਖੜ ਤੇ SC ST ਐਕਟ ਤਹਿਤ ਪਰਚਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਪਰਚਾ ਦਰਜ ਨਾ ਕੀਤਾ ਤਾਂ ਪੂਰੇ ਪੰਜਾਬ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਜੋ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਨੂੰ ਲੈ ਕੇ ਦਲਿਤ ਸਮਾਜ ਵਿੱਚ ਵੱਡਾ ਰੋਸ ਵੇਖਣ ਨੂੰ ਮਿਲ ਰਿਹਾ। ਕੱਲ੍ਹ ਫਿਲੌਰ ਵਿਖੇ ਗੁਰੂ ਰਵਿਦਾਸ ਭਵਨ ਵਿਖੇ ਗੁਰੂ ਰਵਿਦਾਸ ਜਥੇਬੰਦੀਆਂ ਦੀ ਮੀਟਿੰਗ ਹੋਈ ਸੀ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਅੱਜ ਯਾਨੀ 8 ਤੋਂ 2 ਵਜੇ ਤੱਕ ਜਿਹੜਾ ਆ ਫਿਲੌਰ ਦਾ ਬਾਜ਼ਾਰ ਬੰਦ ਰਹੇਗਾ, ਜਿਸ ਨੂੰ ਲੈ ਕੇ ਡਾਕਟਰ ਅੰਬੇਦਕਰ ਚੌਂਕ ਫਿਲੌਰ ਵਿਖੇ ਗੁਰੂ ਰਵਿਦਾਸ ਜਥੇਬੰਦੀਆਂ ਅਤੇ ਹੋਰ ਵੱਖ ਵੱਖ ਪਾਰਟੀਆਂ ਦੇ ਆਗੂ ਇਕੱਠੇ ਹੋਏ ਆ, ਜਿਨ੍ਹਾਂ ਨੇ ਮੰਗ ਕੀਤੀ ਆ ਵੀ ਸੁਨੀਲ ਜਾਖੜ ਦੇ ਖਿਲਾਫ਼ SC ਐਕਟ ਦਾ ਪਰਚਾ ਦਰਜ ਕੀਤਾ ਜਾਵੇ। ਮੇਰੇ ਨਾਲ ਮੌਜੂਦਾ ਕੌਂਸਲਰ ਯਸ਼ਪਾਲ ਗਿੰਡਾ ਜੀ। ਗਿੰਡਾ ਸਾਹਿਬ, ਜੋ ਸੁਨੀਲ ਜਾਖੜ ਜੋ ਇੱਥੇ ਸਾਡੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਹੇ ਆ, ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਜੋ ਅਭੱਦਰ ਟਿੱਪਣੀਆਂ ਕੀਤੀਆਂ ਗਈਆਂ, ਕੀ ਕਹੋ? ਦੇਖੋ, ਮਾਣਯੋਗ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਜੀ ਨੇ ਅਤੇ ਰਾਹੁਲ ਗਾਂਧੀ ਜੀ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਚਰਨਜੀਤ ਸਿੰਘ ਚੰਨੀ ਜੀ ਨੂੰ ਪੰਜਾਬ ਦਾ CM ਬਣਾਇਆ ਔਰ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਗਈ ਆ ਵੀ ਕੋਈ SC ਭਾਈਚਾਰੇ ਦੇ ਵਿੱਚੋਂ ਕਾਂਗਰਸ ਹਾਈ ਕਮਾਂਡ ਨੇ CM ਬਣਾਇਆ। ਔਰ ਸੁਨੀਲ ਜਾਖੜ ਦਾ ਮੈਨੂੰ ਤਾਂ ਇੰਝ ਲੱਗਦਾ ਵੀ ਜਿੱਦਾਂ ਉਹਦਾ ਦਿਮਾਗ ਖਰਾਬ ਹੋ ਗਿਆ, ਕਿਉਂ ਚਾਹੁੰਦਾ ਸੀਗਾ ਕਿ ਮੈਨੂੰ ਪੰਜਾਬ ਦਾ CM ਬਣਾਇਆ ਜਾਵੇ, ਕਿਉਂ ਕਾਂਗਰਸ ਹਾਈ ਕਮਾਂਡ ਨੇ ਇਹ ਗੱਲ ਸੋਚ ਕੇ ਚਰਨਜੀਤ ਸਿੰਘ ਚੰਨੀ ਜੀ ਨੂੰ ਕਿਉਂ ਬਣਾਇਆ? ਉਹਨਾਂ ਨੇ ਕਿਹਾ ਵੀ 70 ਸਾਲ ਦੇ ਵਿੱਚ ਅਸੀਂ SC ਭਾਈਚਾਰੇ ਦੇ ਵਿੱਚੋਂ ਕਿਸੇ ਨੂੰ ਵੀ CM ਨਹੀਂ ਬਣਾ ਸਕੇ ਔਰ ਸਾਡਾ ਇਹ ਬਣਦਾ ਵੀ ਅਸੀਂ SC ਭਾਈਚਾਰੇ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਨੂੰ ਮਾਣ ਦਈਏ ਔਰ ਅਸੀਂ ਹਾਈ ਕਮਾਂਡ ਦੇ ਧੰਨਵਾਦੀ ਹਾਂ ਵੀ ਉਹਨਾਂ ਨੇ ਬਣਾਇਆ। ਜੋ ਟਿੱਪਣੀਆਂ ਕਰਦਾ ਆ ਇਹ ਬਹੁਤ ਉਹਦੇ ਵਾਸਤੇ ਮਾੜੀ ਗੱਲ ਆ ਔਰ ਪੂਰੇ ਪੰਜਾਬ ਦੇ ਵਿੱਚ ਹੀ ਸੁਨੀਲ ਜਾਖੜ ਨੇ ਅੱਗ ਲਾਤੀ ਆ। SC ਭਾਈਚਾਰਾ ਗੁਰੂ ਰਵਿਦਾਸ ਸਭਾਵਾਂ ਸਾਰੀਆਂ ਵੱਖ ਵੱਖ ਗੁਰਦੁਆਰੇ ਮੰਦਰਾਂ 'ਚ ਇਕੱਠੀਆਂ ਹੋ ਕੇ ਆਪੋ ਆਪਣੇ ਢੰਗ ਦੇ ਨਾਲ ਰੋਸ ਕਰ ਰਹੀਆਂ ਜੀ ਫਿਲੌਰ ਸ਼ਹਿਰ ਵਿੱਚ। ਇੱਕ CM ਦੇ ਅਹੁਦੇ 'ਤੇ ਚਰਨਜੀਤ ਸਿੰਘ ਚੰਨੀ ਬੈਠੇ ਹੋਏ ਸੀ ਅਤੇ ਸਾਬਕਾ ਮੁੱਖ ਮੰਤਰੀ ਇਸ ਵੇਲੇ ਉਹਨਾਂ ਉੱਤੇ ਵੀ ਜਿਹੜੀਆਂ ਇਹ ਜਾਤੀ ਸੂਚਕ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਬਈ ਇੱਕ ਜੁੱਤੀ ਆ ਜਿਹੜੀ ਉਹਨੂੰ ਸਿਰ 'ਤੇ ਬਿਠਾ ਲਿਆ ਸੀ, ਜੁੱਤੀ ਜਿਹੜੀ ਆ ਉਹ ਪੈਰ 'ਤੇ ਚੰਗੀ ਲੱਗਦੀ ਆ। ਦੇਖੋ ਅਸੀਂ ਜੇ ਚੰਮ ਲਾਉਣਾ ਜਾਣਦੇ ਹਾਂ ਤਾਂ ਜੁੱਤੀ ਸੀਣੀ ਵੀ ਜਾਣਦੇ ਹਾਂ ਅਤੇ ਜੁੱਤੀ ਅਸੀਂ ਮਾਰਨੀ ਵੀ ਜਾਣਦੇ ਹਾਂ। ਜੇ ਸਾਨੂੰ ਕੋਈ ਜੁੱਤੀ ਦਿਖਾਊਂਗਾ ਤਾਂ ਸਾਡੇ ਕੋਲ ਵੀ ਫਿਰ ਜੁੱਤੀਆਂ ਦੇ ਜੋੜੇ ਬਹੁਤ ਪਏ। ਸੁਨੀਲ ਜਾਖੜ ਜੀ ਨੂੰ ਤਾਂ ਜਾਣਾ ਚਾਹੀਦਾ ਸ੍ਰੀ ਗੁਰਦਾਸ ਮੰਦਿਰ ਬਨਾਰਸ ਦੇ ਵਿੱਚ ਜਾ ਕੇ ਉੱਥੇ ਮਾਫੀ ਮੰਗੇ, ਜਾ ਕੇ ਗੁਰੂ ਚਰਨਾਂ ਦੇ ਵਿੱਚ ਜਾ ਕੇ ਔਰ ਚਰਨਜੀਤ ਸਿੰਘ ਚੰਨੀ ਜੀ ਦੇ ਨੰਗੇ ਪੈਰੀਂ ਘਰ ਜਾਵੇ ਵੀ ਮੇਰੇ ਕੋਲੋਂ ਜੋ ਤੁਹਾਡੇ ਖਿਲਾਫ਼ ਟਿੱਪਣੀ ਕੀਤੀ ਗਈ ਹੈ ਮੈਂ ਉਹਦੀ ਮਾਫੀ ਮੰਗਦਾ। ਜਿੱਦਾਂ ਅੱਜ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਮੇਰੀ ਜਿਹੜੀ ਗੱਲ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਗਿਆ, ਕੀ ਤੁਸੀਂ ਉੱਥੋਂ ਸੈਟਿਸਫਾਈ ਆ ਸਮਾਜ? ਦੇਖੋ, ਇਹ ਤਾਂ ਫਿਰ ਕਹਿਣ ਦੀਆਂ ਗੱਲਾਂ ਹੁੰਦੀਆਂ। ਪਹਿਲਾਂ ਆਪਾਂ ਕਿਸੇ ਨੂੰ ਗਾਲ ਕੱਢ ਦੇਣੀ, ਕਹਿਣਾ ਮੈਂ ਤਾਂ ਯਾਰ ਗਾਲ ਕੱਢੀ ਨਹੀਂ ਹੈਗੀ, ਜੇ ਕੱਢ ਵੀ ਹੋ ਗਏ ਚਲ ਮੈਂ ਇਹਦੀ ਗਲਤੀ ਮੰਨ ਲੈਂਦਾ, ਇੱਦਾਂ ਨਹੀਂ। ਇੱਕ ਸਾਡਾ ਹੀਰਾ, ਕੌਮ ਦਾ ਹੀਰਾ ਚਰਨਜੀਤ ਸਿੰਘ ਚੰਨੀ ਜੀ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ, ਗਾਹਾਂ ਵੀ ਸਤਿਕਾਰ ਕਰਦੇ ਰਹਾਂਗੇ ਔਰ ਜੇ ਉਹਨਾਂ ਦੇ ਖਿਲਾਫ਼ ਉਹਦੇ ਪਰਿਵਾਰ ਦੇ ਖਿਲਾਫ਼ ਜਾਂ ਚਰਨਜੀਤ ਸਿੰਘ ਚੰਨੀ ਦੇ ਖਿਲਾਫ਼ ਇਹ ਕਾਂਗਰਸ ਦਾ ਸੀਨੀਅਰ ਲੀਡਰ ਸੁਨੀਲ ਜਾਖੜ ਇਹੋ ਜਿਹੀ ਟਿੱਪਣੀ ਕਰੇ, ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਔਰ ਦੂਜੀ ਮੈਂ ਚੇਤਾਵਨੀ ਦਿੰਦਾ ਪੰਜਾਬ ਦੀ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਨੂੰ, ਜੇ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਦੇ ਖਿਲਾਫ਼ ਕੋਈ ਕਾਰਵਾਈ ਨਾ ਕੀਤੀ ਔਰ ਪੰਜਾਬ ਸਰਕਾਰ ਨੇ ਸਾਡੀ ਦਰਖਾਸਤ ਤੇ ਗੌਰ ਨਾ ਦਿੱਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਪ੍ਰੋਟੈਸਟ ਹੋਵੇਗਾ, ਅੰਦੋਲਨ ਹੋਵੇਗਾ, ਸੰਘਰਸ਼ ਹੋਵੇਗਾ, ਫਿਰ ਰੁਕਣਾ ਨਹੀਂ ਇਹ ਸਾਰਾ ਕੰਮ। ਫਿਰ ਜਾਖੜ ਜਿੱਥੇ ਮਰਜ਼ੀ ਨਕਲੇ ਤੇ ਸਮਾਜ ਦੇ ਲੋਕ ਉਹ ਬਖਸ਼ਣਗੇ ਨਹੀਂ, ਕਿਉਂਕਿ ਬਖਸ਼ਣਾ ਦਾ ਅਸੀਂ ਹੁਣ ਜਿੱਦਾਂ ਗੁਰਦਾਸਪੁਰੀਆਂ ਨੇ ਨਾ ਇਹਨੂੰ ਬਖਸ਼ਿਆ ਨਹੀਂ ਸੀਗਾ ਤੇ ਬਖਸ਼ਣਾ ਤਾਂ ਸਾਡੇ ਸਮਾਜ ਦੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਵੀ ਨਹੀਂ। ਜ਼ਿਕਰਯੋਗ ਹੈ ਕਿ ਬਾਅਦ ਦੁਪਹਿਰ 2 ਵਜੇ ਤੋਂ ਬਾਅਦ ਸਾਰਾ ਬਾਜ਼ਾਰ ਮੁੜ ਤੋਂ ਖੁੱਲ੍ਹ ਗਿਆ ਸੀ ਤੇ ਲੋਕ ਦੁਕਾਨਾਂ ਤੇ ਆ ਕੇ ਆਪੋ ਆਪਣੇ ਸਮਾਨ ਦੀ ਖਰੀਦੋ ਫਰੋਖਤ ਕਰਦੇ ਹੋਏ ਨਜ਼ਰ ਆਏ।